ਇਹਨਾਂ ਦੀ ਜਿਹੜੇ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ ਅਤੇ ਡੈਥ ਤੋਂ ਬਾਅਦ ਜਿਹੜਾ ਇਹਨਾਂ ਦੇ ਘਰ ਦੇ ਹੁੰਦੇ ਯਾਨੀ ਕਿ ਭਰਾ ਭੈਣਾਂ ਹੁੰਦੀਆਂ ਨੇ ਇਹਨਾਂ ਨੂੰ ਸਾਂਭ ਨਹੀਂ ਪਾਉਂਦੀਆਂ ਅਤੇ ਇਹਨਾਂ ਨੂੰ ਜਿਹੜਾ ਧੱਕੇ ਮਾਰ ਕੇ ਬਾਹਰ ਜਿਹੜਾ ਕੱਢ ਦਿੰਦੀਆਂ ਨੇ ਅਤੇ ਕੋਈ ਬੰਦਾ ਜਿਹੜਾ ਇੱਥੇ ਆ ਕੇ ਇਹਨਾਂ ਨੂੰ ਛੱਡ ਜਾਂਦਾ ਹੈ। ਜਿਹੜੇ ਉਹਨਾਂ ਦੀ ਭੈਣਾਂ ਨੇ ਉਹ ਪੁੱਛਦੀਆਂ ਨਹੀਂ ਹੈਗੀਆਂ, ਬਿਮਾਰ ਬਿਮੋਰ ਹੁੰਦੇ ਮਿਲਣ ਵੀ ਨਹੀਂ ਆਉਂਦੀਆਂ। ਗੱਲ ਕਰੀਏ ਪਰਿਵਾਰ ਦੀ, ਪਰਿਵਾਰ ਹੋਣ ਦੇ ਬਾਵਜੂਦ ਵੀ ਆਸ਼ਰਮ ਦੇ ਵਿੱਚ ਰਹਿ ਰਹੇ ਨੇ। ਦਿ ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਅਸੀਂ ਆਸ਼ਰਮ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਾਡੇ ਨਾਲ ਰੱਜੀ ਜੀ ਮੌਜੂਦ ਨੇ ਜੋ ਕਿ ਕਾਫੀ ਚਿਰ ਤੋਂ ਜਿਹੜਾ ਇਸ ਆਸ਼ਰਮ ਦੇ ਵਿੱਚ ਰਹਿ ਰਹੇ ਨੇ, ਕਿਉਂਕਿ ਇਹਨਾਂ ਦੀ ਇੱਕ ਆਪਾਂ ਕਹਿ ਸਕਦੇ ਰੱਬ ਵੱਲੋਂ ਇੱਕ ਕਮੀ ਆਈ ਹੈ ਕਿ ਇਹ ਜਿਹੜੇ ਆਪਣੀ ਗੱਲਾਂ ਨੇ ਕਲੀਅਰ ਨਹੀਂ ਕਰ ਪਾਉਂਦੇ, ਬੋਲ ਨਹੀਂ ਪਾਉਂਦੇ, ਤਾਂ ਕਰਕੇ ਆਸ਼ਰਮ ਦੇ ਵਿੱਚ ਆ ਗਏ। ਪਰ ਫਿਰ ਵੀ ਆਪਾਂ ਥੋੜ੍ਹੀ ਬਹੁਤੀ ਜਿਹੜੀ ਹੈ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਤੁਹਾਡੇ ਤੱਕ ਪਹੁੰਚਾ ਦਿੰਦੇ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਸਤਿ ਸ਼੍ਰੀ ਅਕਾਲ, ਠੀਕ ਹੋ? ਕਿੰਨਾ ਟਾਈਮ ਹੋ ਗਿਆ ਆਸ਼ਰਮ ਦੇ ਵਿੱਚ? ਪੰਜ ਸਾਲ ਹੋ ਗਏ ਨੇ। ਤੇ ਤੁਸੀਂ ਦੇਖ ਸਕਦੇ ਰੁਕ ਰੁਕ ਕੇ ਬੋਲਦੇ ਨੇ। ਕਹਿੰਦੇ ਆਸ਼ਰਮ ਕਿੱਦਾਂ ਪਹੁੰਚੇ? ਤੇ ਇਹਨਾਂ ਦੇ ਨਾਲ ਦੇ ਨੇ ਦੱਸਿਆ ਕਿ ਆਸ਼ਰਮ ਤਾਂ ਕਰਕੇ ਪਹੁੰਚੇ ਆ ਕਿਉਂਕਿ ਇਹ ਜਿਹੜੇ ਨੇ ਸਟੇਬਲ ਨਹੀਂ ਸੀਗੇ, ਬੋਲ ਨਹੀਂ ਪਾਉਂਦੇ ਸੀਗੇ, ਤੇ ਇਹਨਾਂ ਦੀ ਜਿਹੜੇ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ ਤੇ ਡੈਥ ਤੋਂ ਬਾਅਦ ਜਿਹੜਾ ਇਹਨਾਂ ਦੇ ਘਰ ਦੇ ਹੁੰਦੇ ਯਾਨੀ ਕਿ ਭਰਾ ਭੈਣਾਂ ਹੁੰਦੀਆਂ ਨੇ ਇਹਨਾਂ ਨੂੰ ਸਾਂਭ ਨਹੀਂ ਪਾਉਂਦੀਆਂ ਤੇ ਇਹਨਾਂ ਨੂੰ ਜਿਹੜਾ ਧੱਕੇ ਮਾਰ ਕੇ ਬਾਹਰ ਜਿਹੜਾ ਕੱਢ ਦਿੰਦੀਆਂ ਨੇ ਤੇ ਕੋਈ ਬੰਦਾ ਜਿਹੜਾ ਇੱਥੇ ਆ ਕੇ ਇਹਨਾਂ ਨੂੰ ਛੱਡ ਜਾਂਦਾ ਹੈ। ਤੇ ਕਹਾਣੀ ਬਹੁਤ ਜ਼ਿਆਦਾ ਇਹਨਾਂ ਦੀ ਧੁੱਕ ਭਰੀ ਹੈ, ਪਰ ਕਾਰਨ ਸਿਰਫ ਇਹੀ ਹੈ ਕਿਉਂਕਿ ਇਹ ਪ੍ਰੋਪਰ ਜਿਹੜਾ ਬੋਲ ਨਹੀਂ ਪਾਉਂਦੇ, ਕਿਉਂਕਿ ਇਹ ਰੁਕ ਰੁਕ ਕੇ ਬੋਲਦੇ, ਆਪਣੀ ਗੱਲ ਜਿਹੜੀ ਹੈ ਕਲੀਅਰ ਨਹੀਂ ਕਰ ਪਾਉਂਦੇ। ਬੇਬੇ ਪਰਿਵਾਰ ਦੇ ਵਿੱਚ ਪਤਾ ਆ ਕੌਣ ਕੌਣ ਸੀ? ਹੈ ਕੌਣ ਸੀ? ਭਰਾ ਭੈਣਾਂ? ਕਿੰਨੇ ਭੈਣਾਂ ਸੀਗੀਆਂ? ਦੋ ਭੈਣਾਂ ਸੀਗੀਆਂ। ਕਹਿੰਦੇ ਦੋ ਭੈਣਾਂ ਸੀ। ਅੱਛਾ, ਉਹਨਾਂ ਕੋਲ ਨਹੀਂ ਰਹੇ ਤੁਸੀਂ? ਪੁੱਛਦੀਆਂ ਨਹੀਂ? ਸੋ ਇਹ ਵੀ ਇੱਕ ਕਹਾਣੀ ਹੈ ਕਿ ਜਿਹੜੀ ਦੋ ਭੈਣਾਂ ਨੇ, ਕਹਿੰਦੇ ਭੈਣਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਆਪਸ ਦੇ ਵਿੱਚ, ਪਰ ਇਹ ਵੀ ਇੱਕ ਕਹਾਣੀ ਹੈ ਕਿ ਜਿਹੜੀ ਉਹਨਾਂ ਦੀ ਭੈਣਾਂ ਨੇ ਉਹ ਪੁੱਛਦੀਆਂ ਨਹੀਂ ਹੈਗੀਆਂ, ਬਿਮਾਰ ਬਿਮੋਰ ਹੁੰਦੇ ਮਿਲਣ ਵੀ ਨਹੀਂ ਆਉਂਦੀਆਂ। ਕੋਈ ਨਹੀਂ ਮਿਲਣ ਆਉਂਦਾ ਇਹਨਾਂ ਨੂੰ। ਸੋ ਇਹਨਾਂ ਨੂੰ ਕੋਈ ਮਿਲਣ ਵੀ ਨਹੀਂ ਆਉਂਦਾ। ਅਤੇ ਨਾਲ ਦੀ ਨਾਲ ਆਪਾਂ ਗੱਲ ਕਰੀਏ ਪਰਿਵਾਰ ਦੀ, ਪਰਿਵਾਰ ਹੋਣ ਦੇ ਬਾਵਜੂਦ ਵੀ ਆਸ਼ਰਮ ਦੇ ਵਿੱਚ ਰਹਿ ਰਹੇ ਨੇ। ਇੱਕ ਕਹਾਣੀ ਹੈ, ਇੱਕ ਇੱਦਾਂ ਦੀ ਕਹਾਣੀ ਆ ਕਿ ਜੋ ਕਿ ਪਰਿਵਾਰ ਹੋਣ ਦੇ ਬਾਵਜੂਦ ਵੀ ਆਸ਼ਰਮ ਦੇ ਵਿੱਚ ਰਹਿ ਰਹੀ ਹੈ, ਨਾ ਇਹਨਾਂ ਨੂੰ ਕਿਸੇ ਵੱਲੋਂ ਕੋਈ ਪਿਆਰ ਮਿਲ ਰਿਹਾ, ਨਾ ਹੀ ਕੋਈ, ਜੇ ਆਪਾਂ ਗੱਲ ਕਰੀਏ ਪਰਿਵਾਰ ਦੀ ਜਾਂ ਉਹਨਾਂ ਦੇ ਮੈਂਬਰਸ ਦੀ ਜਾਂ ਫਿਰ ਭੈਣ ਭਰਾ ਦੀ, ਨਾ ਭੈਣ ਭਰਾ ਪੁੱਛਦੇ ਨੇ। ਬੇਬੇ ਜਿਹੜੇ ਇਕੱਲੀ ਰਹਿੰਦੇ ਨੇ ਅਤੇ ਇੱਥੇ ਆਸ਼ਰਮ ਦੇ ਵਿੱਚ ਧਿਆਨ ਇੱਥੇ ਮਨ ਲੱਗ ਰਿਹਾ ਆਸ਼ਰਮ ਦੇ ਵਿੱਚ? ਸਭ ਤੋਂ ਪੁਰਾਣੇ ਆ? ਅੱਛਾ, ਤੇ ਮਨ ਲੱਗਦਾ ਇੱਥੇ? ਅੱਛਾ, ਮੰਮੀ ਵੀ ਕਹਿੰਦੇ ਇੱਥੇ ਪੂਰੀ ਹੋਈ ਹੈ ਤੁਹਾਡੀ? ਅੱਛਾ, ਸੋ ਮੰਮੀ ਵੀ ਇਹਨਾਂ ਦੀ ਜਿਹੜੀ ਮੰਮੀ ਦੀ ਵੀ ਇੱਥੇ ਡੈਥ ਹੁੰਦੀ ਹੈ ਅਤੇ ਇਹਨਾਂ ਦੀ ਵੀ ਇੱਥੇ ਜਿਹੜਾ ਬਹੁਤ ਟਾਈਮ ਹੋ ਗਿਆ ਹੈ। ਅਤੇ ਕੀ ਕਹਿਣਾ ਚਾਹੂੰਗੇ ਇੱਦਾਂ ਦੇ ਪਰਿਵਾਰ ਬਾਰੇ? ਸਾਨੂੰ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਵਿਪਨ ਬੱਸੀ ਨਾਲ।